ਭਾਈ ਹੱਥ ਬੰਨ ਕੇ ਬੇਨਤੀ ਆ, ਮੈਂ ਵੀਰ ਭਾਈ ਆਪਣੇ ਭੈਣਾਂ ਮਾਤਾ ਬਾਣੀਆਂ ਨੂੰ ਹੱਥ ਬੰਨ ਕੇ ਮੇਰਾ ਸਤਿ ਸ਼੍ਰੀ ਅਕਾਲ। ਅਤੇ ਮੈਂ ਮਾਲਕੀ ਬਣ ਗਿਆ ਅਲਟ ਬਲਟ ਦਾ, ਬਾਹਰਲੀਆਂ ਕੰਟਰੀਆਂ ਅੱਜ ਤੱਕ ਕੋਈ ਮੋਦੀ ਜਾਂ ਬਾਦਲ ਜਾਂ ਕੈਪਟਨ ਇਹਨਾਂ ਅੰਡਰ ਨਹੀਂ ਕਰੀਆਂ। ਮੇਰੇ ਅੰਡਰ ਅਲਟ ਬਲਟ ਜੋ ਕਰ ਸਕਦਾ ਮੈਂ ਹੀ ਕਰ ਸਕਦਾ। ਗੁਰਮੇਲ ਕਰਾਲੀ ਵਾਲਾ ਫਸਟ ਪ੍ਰਾਈਜ਼। ਮੇਰਾ ਫੋਨ ਨੰਬਰ ਹੈਗਾ 95005592 BPI ਨੰਬਰ ਜੀਲਰ। ਦੂਆ ਨੰਬਰ ਹੈਗਾ ਮੇਰਾ DGP 99151552993। ਤੀਆ ਨੰਬਰ ਹੈਗਾ 98152552383 ਨੰਬਰ ਮੇਰਾ। ਅਤੇ ਪੰਜਵਾਂ ਨੰਬਰ ਹੈਗਾ ਮੇਰਾ 99151577486, ਜਿਹੜੀ ਮਰਜ਼ੀ ਫੋਨ 'ਤੇ ਗੱਲ ਕਰ ਸਕਦੇ। ਪੰਜ ਨੰਬਰ ਚੱਲਦੇ BPI ਫੋਨ ਨੰਬਰ। ਅਤੇ ਫੋਨ ਮਾਰ ਦਿਓ, ਮੈਂ ਜਲਦੀ ਤੁਹਾਡੇ ਕੋਲ ਹਾਜ਼ਰ ਹੋ ਜੂਗਾ 10 ਮਿੰਟ ਦੇ ਵਿੱਚ ਵਿੱਚ। ਆਪਣਾ ਮੈਂ ਫੋਨ ਪਰ ਕੰਮ ਕਰਾ ਦੇ ਰਹਿਣਾ ਤੁਹਾਡਾ। ਜੇ ਤੁਸੀਂ ਕਹੋਗੇ ਗੁਰਮੇਲ ਐਂ ਕਰਾਉਣਾ, ਉੱਦਾਂ ਹੀ ਹੋ ਜਾਵੇਗਾ। ਅਤੇ ਬਾਕੀ ਹੋਰ ਮੈਂ ਤੁਹਾਡਾ ਬੰਬੇ ਫਲੈਟ ਬਣਾ ਦਿੰਦੇ ਹਾਂ ਸਾਰੀ। ਹਾਂ, ਕਰਾਲੀ ਬੰਬੇ ਬਣਾ ਦਿੰਦਾ, 5-5, 11-11 ਵਜੇ ਸਭ ਤੋਂ ਬਣਾ ਦਿੰਦੇ। ਹੋਰ ਦੱਸੋ ਮੈਂ ਕਿਆ ਕਰ ਸਕਦਾ ਤੁਹਾਡੇ ਬਾਰੇ। ਫੋਰ ਬਾਈ ਫੋਰ ਹੋਰ ਬਣਾ ਦਿੰਦਾ ਮੈਂ ਚੂੜੀਆਂ ਤੱਕ। ਚੂੜੀਆਂ ਤੱਕ ਰੋਪੜ ਗਾਹਾਂ ਬਣੇ ਪਈ ਆ। ਹੋਰ ਅੱਗੇ ਕੀ ਪੰਜਾਬ ਦਾ ਕੀ ਵਿਚਾਰ ਆ ਪੰਜਾਬ ਬਾਰੇ? ਪੰਜਾਬ ਬਾਰੇ, ਪੰਜਾਬ ਮੈਂ ਦੰਗੇ ਹੋਣੇ ਦਿੱਲੀ ਵਾਲੇ। ਅੱਛਾ ਜੀ। ਜਿਹੜੇ ਪਹਿਲਾਂ ਪੰਜਾਬੀ ਨਾਲ ਹੋਏ ਜਿੰਨੇ ਭਈਏ ਆ। ਹਾਂਜੀ। ਕਿਸੇ ਕੋਲ ਪਾਸਪੋਰਟ ਨਹੀਂ ਹੈਗਾ, ਪੰਜਾਬੀ ਪਾਸਪੋਰਟ ਲੈ ਕੇ ਜਾਂਦੇ ਆ। ਅੱਛਾ ਜੀ, ਕਿੱਥੇ ਜਾਂਦੇ ਪੰਜਾਬੀ ਜਦੋਂ? ਆਸਟ੍ਰੇਲੀਆ, ਜਰਮਨੀ, ਕੁਵੈਤ, ਇਟਲੀ, ਇਰਾਕ। ਹਾਂਜੀ ਹਾਂਜੀ। ਇਹਨਾਂ ਕੋਲ ਪਾਸਪੋਰਟ ਨਹੀਂ ਹੁੰਦੇ? ਹਾਂਜੀ। ਇਹ ਭੈਣ ਜੀ ਆਧਾਰ ਕਾਰਡ ਚੱਕੀ, ਫਿਰ ਆਧਾਰ ਕਾਰਡ ਫਿਰ ਹੋ ਗਏ। ਹੁਣ ਜੇ ਭਈਏ ਪੰਜਾਬ ਜਾਇਆ ਕਰੂੰਗੇ ਜੀ, ਉਹਨਾਂ ਵਾਸਤੇ ਵੀ ਫਿਰ ਆਪਣਾ ਲੱਗਿਆ ਕਰੂਗਾ ਆਪਣਾ ਪਾਸਪੋਰਟ ਬਣੇ ਪਾਸਪੋਰਟ ਜਿਹੜੇ ਆਏ ਵੇ ਇਹਨੂੰ ਟਿਕਟ ਵੀ ਮਿਲਣੀ ਕਿ ਵੀ ਸਟੇਸ਼ਨ ਪਰ ਜਦੋਂ ਆਪਾਂ ਨੇ ਜਾਣਾ ਜੀ ਇੱਧਰ ਪੰਜਾਬ ਵਾਲੇ ਬੰਦੇ ਨੂੰ ਉੱਧਰ ਜਾਣਾ ਫਿਰ। ਇਹਨੂੰ ਵੀ ਮੇਰਾ ਨਾਮ ਲੈ ਲਿਓ ਬਸ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਗੁਰਮੇਲ ਸਿੰਘ ਕਰਾਲੀ, ਵਾਰਡ ਨੰਬਰ 11, ਫੋਨ ਨੰਬਰ ਮੇਰਾ 5920095092। ਮੇਰਾ ਦੂਆ ਨੰਬਰ ਹੈਗਾ 9920304020। ਆਹ ਜਿਹੜਾ ਬੈਚ ਲਾਇਆ ਤੁਸੀਂ ਕਿਹੜੀ ਉਹਦਾ ਕਾਹਦਾ ਲਾਇਆ ਵਾ ਇਹ? ਪੂਰੇ ਅਲਡ ਵਰਲਡ ਦਾ। ਅਲਡ ਵਰਲਡ ਗਾਰਡਨ? ਅੱਛਾ, ਆਲ ਵਰਲਡ ਦਾ। ਆਲ ਵਰਲਡ ਮੈਂ ਕਿਤੇ ਕਾਂਗਰਸ। ਤੁਸੀਂ ਵੈਸੇ ਸਪੋਰਟ ਕਿਹੜੀ ਪਾਰਟੀ ਨੂੰ ਕਰਦੇ ਪੰਜਾਬ 'ਚ ਜ਼ਿਆਦਾ? ਕਾਂਗਰਸ। ਕਾਂਗਰਸ ਨੂੰ? ਉਹ ਤਾਂ ਹਾਰ ਗਈ ਇਸ ਵਾਰ। ਹਾਰ ਗਈ ਇੱਥੇ ਜਾਂ ਰਜੀਵ ਕਹਿੰਦੇ ਮੇਰਾ ਜਾਮੀ ਮਹੀ ਦਾ। ਅੱਛਾ ਜੀ। ਬੰਤੜਾ ਆਇਆ ਖਲਾਰਾ ਬਾਈ ਜਾਮੀ ਮਹੀ ਦਾ। ਅੱਛਾ ਜੀ। ਅਸੀਂ ਮਾਰਦੇ ਥੋੜੀ ਨਾਲ ਦੇ ਨਾਲ ਪ੍ਰਗਟ। ਤੁਸੀਂ ਮਾਰੇ ਜੀ ਉਹ? ਮੈਂ ਹੀ ਮਾਰਿਆ ਦਾ ਪ੍ਰਗਟ ਨਾਲ ਦੇ ਨਾਲ। ਤੇ ਬਾਦਲ ਵੀ ਮਰ ਗਿਆ ਜੀ ਕਹਿੰਦੇ? ਬਾਦਲ ਵੀ ਮਰ ਗਿਆ। ਤੇ ਹੁਣ ਰਹਿ ਕਿਹੜਾ ਗਿਆ ਜੀ? ਹੁਣ ਕੈਪਟਨ ਚੱਕਣਾ। ਕੈਪਟਨ ਚੱਕਣਾ ਜੀ? ਅਕਾਲੀ ਦਲ ਤਾਂ ਗਈ। ਹਾਂਜੀ। ਤੇ ਜਿਹੜੇ ਉਹ ਝਾੜੂ ਵਾਲੇ ਬਣੀ ਫਿਰਦੇ ਨੇ ਜੀ? ਆਮ ਆਦਮੀ ਆ ਗਿਆ। ਅੱਛਾ ਜੀ। ਆਮ ਆਦਮੀ ਤੁਹਾਡੇ ਸਾਹਮਣੇ ਬੈਠਾ। ਅੱਛਾ ਜੀ। ਝਾੜੂ ਵਾਲਾ ਕੋਈ ਰੋਂਦਾ ਨਹੀਂ ਲਿਆ, ਕੋਈ ਮੋਟਾ ਬਣੀ ਖੜਿਆ। ਤੇ ਦਿੱਲੀ 'ਚ ਸਰਕਾਰ ਕਿਹਦੀ ਹੈ ਫਿਰ ਹੁਣ? ਦਿੱਲੀ 'ਚ ਆਪਣੀ ਆ। ਆ ਅੱਛਾ ਜੀ, ਆਪਣੀ ਸਰਕਾਰ ਆ ਦਿੱਲੀ। ਠੀਕ ਹੈ ਜੀ। ਹੁਣ ਫਿਰ ਪੰਜਾਬ ਜਿਹੜੇ ਕੈਪਟਨ ਸਰਕਾਰ ਆ ਕੁਝ ਕਰ ਰਹੀ ਪੰਜਾਬ 'ਚ ਇਹਨਾਂ ਨੇ ਕੀ ਕਰਨਾ? ਕਿਸਾਨਾਂ ਕਿਸੂਨਾਂ ਵਾਸਤੇ ਭੈਣ ਜਾਨੀ ਪਹਿਲਾਂ ਲੜਾਈ ਲਵਾਤੀ ਬਾਦਲ ਨੇ, ਮੋਦੀ ਨੇ ਮਾਮਾ ਦੇ ਪੁੱਤ ਇੱਕ ਤਾਂ ਇੱਕ ਬਣਾ ਤਿਆ, ਉਹਨੂੰ ਪੈਸੇ ਕੋਈ ਨਹੀਂ ਤਾਂ ਹੁਣ ਜਿਹੜਾ 5-5 ਲੱਖ ਰੁਪਇਆ ਉਹਨੇ ਬੱਚਿਆਂ ਦੇ ਨਾਲ ਲਿਖਾਈ ਪੜ੍ਹਾਈ। ਸਰਕਾਰ ਕੋਲ ਨਾਲੇ ਕਹਿੰਦੇ ਵੀ ਸਰਕਾਰ ਦੇ ਕਰਜ਼ਾ ਉਹਦੇ 'ਤੇ, ਹੁਣ ਵੀ ਉਹਨੂੰ ਪੈਸੇ ਨਹੀਂ ਕੋਈ ਸਰਕਾਰ ਕੋਲ ਵੀ ਖਾਲੀ ਪਏ ਖਾਣੇ ਉਹ ਖਾ ਗਿਆ ਮੁਰਦੀ ਭੈਣ ਜੀ ਰਲ ਮਿਲ ਕੇ ਖਾ ਕੇ ਘਪਲਾ ਕਰ ਗਏ ਜਿਹੜਾ ਬਲਦੇਵ ਕਰ ਗਿਆ ਕਰਾਲੀ ਵਾਲਾ ਬੈਂਕ ਵਾਲਾ। ਫਿਰ ਹੁਣ ਜਿਹੜੇ ਕੌਣ ਦਊਗਾ ਜੀ ਇੰਨਾ? ਜਿਹੜੇ ਕਹਿ ਰਹੇ ਨੇ ਵਾਅਦੇ ਕੀਤੇ ਸੀ ਮੈਂ ਦਊਂਗਾ ਆਪਣੇ ਖਜ਼ਾਨੇ ਦੇ ਦਊਂਗਾ। ਅੱਛਾ ਜੀ, ਤੁਸੀਂ ਵਿੱਤ ਮੰਤਰੀ ਆ ਜੀ ਪੰਜਾਬ ਦੇ? ਮੈਂ ਹੁਣ ਆ ਸੁਣ ਰਿਹਾ ਹੀਰੇ ਜਵਾਹਰ ਲਾਲ ਮੈਨੂੰ ਬਾਹਰ ਦੀਆਂ ਕੰਟਰੀਆਂ ਚੜਾਉਣੇ ਆ, ਇਹ ਮੈਂ ਉਹਨਾਂ ਨੂੰ ਦੇਣੇ ਆ ਲੰਗਰ ਚਲਾਉਣੇ ਬਸ। ਤੁਸੀਂ ਵਿੱਤ ਮੰਤਰੀ ਆ ਜੀ ਪੰਜਾਬ ਦੇ? ਇਹ ਕੰਮ ਕਰਨੇ ਆਪਣੇ। ਸਾਡੇ ਗਾਉਣ ਦੀ ਕਿੰਨੇ ਪੈਸੇ ਨੇ ਹੁਣ? ਪੈਸੇ ਤਾਂ ਕੋਈ ਆਉਂਦੇ ਨਹੀਂ, ਜਿਹੜੇ ਮਰਜ਼ੀ ਬੈਂਕ ਮੈਂ ਜਾ ਕੇ ਬਣ ਜਾਓ। ਅੱਛਾ ਜੀ, ਸਾਰੇ ਬੈਂਕਾਂ 'ਚ ਅਕਾਊਂਟ ਆ ਤੁਹਾਡਾ? ਸਾਰੇ ਜਾ। ਕਿਹੜਾ ਬੈਂਕ ਦਾ ਨਾਮ ਕੀ ਹੈ ਤੁਹਾਡੇ ਦਾ? ਕੰਗਾਲ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ ਹੈ ਪੰਜਾਬ ਨੇ। ਉਹ ਤਾਂ ਫਿਰ ਇੱਕ ਬੈਂਕ ਹੋ ਗਿਆ ਨਾ, ਸਾਰੇ ਬੈਂਕਾਂ 'ਚ ਥੋੜੀ ਪੈਸੇ ਆ? ਸਾਰੇ ਆ ਜਾ ਮੇਰੇ, ਜਿਹੜੇ ਮਰਜ਼ੀ ਬੈਂਕ 'ਚੋਂ ਮੇਰਾ ਚੈੱਕ ਦਊਂਗਾ ਤੁਹਾਨੂੰ ਪੰਜਾਬ ਨੇ। ਹੋਰ ਕੋਈ ਪੰਜਾਬ ਦੇ ਯੂਥ ਨੂੰ, ਕੋਈ ਪੰਜਾਬ ਦੇ ਲੋਕਾਂ ਨੂੰ ਮੈਸੇਜ ਤੁਹਾਡਾ ਵੀ ਜਿਹਦੇ ਨਾਲ ਪੰਜਾਬ ਤਰੱਕੀ ਕਰ ਸਕੇ? ਪੰਜਾਬ ਤਰੱਕੀ ਇਹ ਕਰਦਾ ਤਾ, ਮੈਂ ਦੱਸਦਾ ਪੰਜਾਬ ਮਿਹਨਤ ਕਰੋ, ਜੇਕਰ ਮੈਂ ਮਿਹਨਤ ਕਰੀ ਆ। ਅੱਛਾ, ਕਾਹਦੀ ਦੱਸਣ ਆਉਣ ਦੀ? ਨਾਗਰਾਜ ਨਾਕਣੀ। ਹਾਂਜੀ। ਤੇ ਆ ਹੈਗਾ ਮੇਰਾ, ਇਹ ਤਾਂ ਬਿਲਡਿੰਗ ਵਾਲੀ ਰੋਡ ਲੱਗਦੀ ਆ ਜੀ ਮੈਨੂੰ। ਇਹ ਮੈਂ ਬਣਾ ਦੇ, ਇਹਦੇ ਨਾਗ ਬਣਾ ਲਾ ਦੇ, ਇਹਦੇ ਨਾਕਣੀ ਬਣਾ ਦੇ। ਹੋਰ ਫਿਰ ਤੁਸੀਂ ਹੁਣ ਮਾੜਾ ਮੋਟਾ ਤੁਹਾਡਾ ਸ਼ੌਂਕ ਗਾਣੇ ਗੁਣ ਦਾ ਹੈਗਾ ਮਾੜਾ ਮੋਟਾ? ਬਹੁਤ ਜ਼ਿਆਦਾ।
ਕੋਈ ਗਾਣੇ ਗੁਣੇ ਸੁਣਾ ਦਿਓ ਕੋਈ ਵਧੀਆ ਜਿਹਾ ਜਿਹੜਾ ਤੁਸੀਂ ਆਪ ਆਪਣੇ ਹੱਥਾਂ ਨਾਲ ਲਿਖਦੇ ਹੋ। ਮੈਂ ਆਪਣੇ ਗਾਣੇ ਬਣਾਏ ਵੀ ਸੁਣਾਵਾਂਗਾ, ਫਿਲਮਾਂ ਤੇ ਸੁਣੇ, ਹਿੰਦੀ ਸੁਣੇ, ਪੰਜਾਬੀ ਸੁਣੇ। ਚੱਕੋਗੇ ਤੇ ਗਾਣੇ ਤੁਹਾਡੇ? ਹਾਂ, ਬੱਬੂ ਮਾਨ ਚੋਰੀ ਦਾ ਗਿਆ। ਬੱਬੂ ਮਾਨ ਪਿਆਰ ਕਦ ਗਾਊਗਾ? ਉਹ ਤਾਂ ਟੋਰਾਂਟੋ ਗਿਆ ਵਾ ਜੀ, ਇੱਥੇ ਕੈਨੇਡਾ ਗਿਆ ਵਾ ਜੀ। ਨਾ ਨਾ, ਆਹ ਮੁੰਡਾ ਗਿਆ ਹੁਣ ਯਾਰ। ਆ ਗਿਆ, ਗਾਣਾ ਸੁਣਾਓ। ਕਿੱਥੇ? ਗਾਣਾ ਤਾਂ ਸੁਣਾ ਦਿਓ ਕੋਈ ਵਧੀਆ ਜਿਹਾ, ਚਾਹੇ ਬੱਬੂ ਮਾਨ ਵੀ ਸੁਣਾਓ। ਪਹਿਲਾਂ ਮੈਂ ਪਿਆਰ ਕਰਦਾ ਸੀ ਸਵੀਟੀ ਨੂੰ, ਮੈਂ ਸਵੀਟੀ ਨੇ ਹੋਈ ਅਣਮਾਨ, ਮੈਂ ਵਿਆਹ ਕਰਾ ਲਿਆ ਮਿਸ ਪੂਜਾ ਨਾਲ। ਅੱਛਾ ਜੀ, ਕਿਹਦੇ ਨਾਲ? ਮਿਸ ਪੂਜਾ ਨੂੰ 2.5 ਸਾਲ ਲੱਗ ਗਏ ਮੈਨੂੰ ਹੁਣ ਤੇ ਮੈਂ ਲੱਗ ਗਿਆ। ਮੇਰੀ ਫਿਲਮ ਹੁਣ ਵੀ ਚੱਲਦੀ ਹੈ ਸਮਝੋ। ਥੋੜਾ ਪਿੰਕੀ ਪੋਗੇ ਵਾਲੀ ਨਾਲ ਮਿਸ ਮੈਂ ਕਹਿੰਦਾ ਫੇਰ ਚੱਲਦਾ ਰਿਹਾ ਜੀ ਕਈ ਸਾਲ। ਉਹ ਨਾਲ ਚੱਲਦਾ, ਉਹ ਵੀ ਤੁਸੀਂ ਕਾਫੀ ਚਰਚੇ ਰਹੇ ਹੋ। ਪਹਿਲਾਂ ਮੈਂ ਸਵੀਟੀ ਤੋਂ ਸ਼ੁਰੂ ਕਰਨ ਲੱਗਾ ਗੁਰੂ ਬਾਅਦ। ਚਲੋ ਸੁਣਾ ਦੋ ਵਧੀਆ। ਮੇਰੀ ਪ੍ਰਣਾਮ, ਮੇਰਾ ਨਕੋਦਰ ਵਾਲੇ, ਮੇਰਾ ਗੁਰੂ ਹੈ ਨਕੋਦਰ, ਮੇਰੇ ਨਾਮ ਸਾਡਾ ਬਾਬਾ। ਠੀਕ ਹੈ, ਤੁਹਾਡੇ ਪਿੰਡ ਮੈਂ ਖੜਾ ਲਾ ਲਿਆ ਨਾਲੋਂ ਮੰਦਰ। ਉਹ ਪੈਸਿਆਂ ਦੀ ਮੈਨੂੰ ਕੋਈ ਲੋੜ ਨਾ, ਨਾ ਤਾਂ ਮੇਰੇ ਤੁੱਤੇ ਨਾਲੋਂ ਨਾਲ ਤੋੜਨਾ, ਉਹ ਤੇਰੀਆਂ ਜੁੱਤੀਆਂ ਰਹੂੰਗੀ ਦੱਬ ਕਰਦੀ, ਇੱਕ ਵਾਰੀ ਤੇ ਪੀੜੀ ਨੂੰ ਗਲ ਨਾਲ ਲਾ ਲਾ, ਸਾਰੀ ਉਮਰ ਰਹੂੰਗੀ ਪਾਣੀ ਭਰਦੀ, ਇੱਕ ਵਾਰੀ ਤੇ ਪੀੜੀ ਨੂੰ ਗਲ ਨਾਲ ਲਾ ਲਾ, ਸਾਰੀ ਉਮਰ ਰਹੂੰਗੀ ਪਾਣੀ ਭਰਦੀ, ਇੱਕ ਮੇਲ ਦੀ ਤੈਨੂੰ ਮੈਨੂੰ ਤੇਰੀ ਕੋਈ ਲੋੜ ਨਾ, ਨਾਤਾ ਲਿਆ ਮੈਂ ਵਿੱਚ ਪੂਜਾ ਨਾਲ ਜੋੜਨਾ, ਉਹ ਆ ਕੇ ਦੇਖ ਲਈ ਸੋਲ ਕੇ ਆਨੰਦ ਕਾਰਜ ਕਰਦੀ, ਉਹ ਇੱਕ ਵਾਰੀ ਆਣ ਕੇ ਸ਼ਗਨ ਚੁਪਾਦੀ, ਨਾਲੇ ਲੰਗਰ ਦੀ ਰੋਟੀ ਛਕਦੀ। ਇਹਦਾ ਭੇਟਾ ਹੋ ਗਈ ਜੀ, ਕੋਈ ਗਾਣਾ ਸੁਣਾਓ ਜੀ। ਗਾਣਾ ਸੁਣ ਲਾ। ਉਹ ਕਾਲੀ ਕਾਲੀ ਗਾਨੀ ਸਾਡੀ ਦਿੱਤੀ ਹੋਈ ਨਿਸ਼ਾਨੀ, ਜਦੋਂ ਤੇਰਾ ਮੂਹਰੇ ਪਾ ਕੇ ਲੰਘਦੀ, ਔਲ ਪੈਣ ਮਿੱਤਰਾਂ ਦੇ ਕਾਲਜੇ, ਤੇਨੇ ਰਾਤ ਚੈਨ ਨਹੀਂ ਆਉਂਦਾ। ਜਮੇਲ ਜੀ, ਤੁਹਾਨੂੰ ਇੱਕ ਮਨੀ ਦੇਖ ਰਿਹਾ, ਪਰਮਿੰਦਰ ਦੇਖ ਰਿਹਾ, ਰਿੰਕੂ ਦੇਖ ਰਿਹਾ, ਇਹਨਾਂ ਦੇ ਨਾਮ ਲੈ ਦੋ ਇੱਕ ਵਾਰੀ। ਮਨੀ, ਪਰਮਿੰਦਰ, ਰਿੰਕੂ, ਇਹ ਦੇਖ ਰਿਹਾ ਮੈਨੂੰ, ਮੈਂ ਉਹਨਾਂ ਨੂੰ ਦੇਖ ਰਿਹਾ। ਇਹਨਾਂ ਨੂੰ ਕੋਈ ਮੈਸੇਜ ਦੇਣਾ? ਮੈਸੇਜ ਦਿਓ, ਦਿਓ ਵਜਾਓ, ਦਿਓ ਮੈਸੇਜ, 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 ਮੈਂ ਵੀਡੀਓ ਬਣਾ ਕੇ ਨੈੱਟ ਦੇ ਭਾਅ ਪੇ ਚੱਕੂਗੇ। ਮੈਡਮ ਵੀ ਪਾ ਰਹੀ ਹੈ ਜੀ ਇਹਨਾਂ ਨੂੰ ਗਾਣਾ। ਸਰੋਪਾ ਪਾ ਲਓ, ਤੁਹਾਡਾ ਫਲੈਟ ਕਿੱਥੇ? ਬੰਬੇ 21 ਮਿਲਾ। ਸਾਨੂੰ ਕਿੱਥੇ ਤਵਾ ਰਹੇ ਹੈ ਜੀ ਤੁਸੀਂ? ਬੰਬੇ, ਬੰਬੇ ਲੈਣਾ ਤਿੰਨਾਂ ਨੂੰ। ਸਰਕਾਰ ਤਾਂ ਫੇਲ ਹੋ ਗਈ, ਸਰਕਾਰ ਤਾਂ ਮਰ ਗਈ। ਤੁਸੀਂ ਦਵਾ ਸਕਦੇ? ਮੈਂ ਦਵਾ ਦਾ ਦਵਾਓ। ਜਿਹੜਾ ਬੰਬੇ ਲੈਣਾ ਕਿ ਦਿੱਲੀ ਲੈਣਾ, ਕਿੱਥੇ ਲੈਣਾ? ਮੇਰੇ ਵੀਜ਼ੇ ਦੀ ਵੀ ਗੱਲ ਕਰ। ਬੰਬੇ ਵੀਜ਼ਾ ਤੇਰਾ? ਹਾਂ, ਮੁੰਡੇ ਦਾ ਵੀਜ਼ਾ ਨਹੀਂ ਲੱਗ ਰਿਹਾ। ਕਿਹੜੀ ਕੰਟਰੀ ਦਾ? ਮੈਂ ਕੈਨੇਡਾ ਜਾਣਾ ਬਾਈ। ਮੈਂ ਸ਼ੂਟਿੰਗ ਕਰਨ ਜਾ ਰਿਹਾ, ਤੂੰ ਚਰਮੇ ਨਾਲ? ਕਿੱਥੇ? ਢੋਲ ਮੈਂ ਪਾ ਕੇ ਲੈ ਜੂੰਗੇ। ਢੋਲਮਾ ਕਿੱਥੇ ਜਾ ਰਹੇ? ਕਿੱਥੇ ਜਾ ਰਹੇ ਸ਼ੂਟਿੰਗ? ਗ੍ਰੇਟ ਪਹਿਲੀ ਸ਼ੂਟਿੰਗ ਮੇਰੀ ਕੈਨੇਡਾ ਦੀ ਆ। ਕਿਹੜੀ ਫਿਲਮ ਦੀ? ਕਾਲੀ ਕਾਲੀ ਕਰਨੀ। ਕਾਲੀ ਕਾਲੀ ਕਰਨੀ ਕਿੰਨੇ ਘੰਟੇ ਦੀ ਹੈ? ਇਹ 51 ਘੰਟੇ ਬਣ ਜਾਣੀ ਅੰਡੇ 'ਚ। 51 ਘੰਟੇ ਇਹ ਤਾਂ ਮਹੀਨਾ ਚੱਲੂਗੀ ਜੀ। ਹਾਂ, 51 ਘੰਟੇ ਲਾ ਲਾ, ਕਿੰਨੇ ਮਹੀਨੇ ਹੋ ਗਏ। ਜਿਹੜੇ ਬੰਦੇ ਦੇਖਣ ਜਾਣਗੇ ਫਿਰ ਮਾਲ ਦੇ ਵਿੱਚ, ਉਹਨਾਂ ਨੂੰ ਬਿਸਤਰੇ ਵੀ ਨਾਲ ਲੈ ਕੇ ਜਾਣ ਜੀ? ਉਹ ਬਿਸਤਰੀ ਬਣੀ ਰੋਟੀਆਂ ਵੀ ਚਾਹਾਂਗੇ। ਅੱਛਾ ਜੀ, ਫਿਰ ਸਬਜ਼ੀ ਤਾਂ ਫਿਰ ਖਰਾਬ ਹੋ ਜੂਗੀ, ਕਰੇਲੇ ਠੀਕ ਰਹੂਗੇ ਨਾ ਜੀ? ਠੀਕ, ਸੁੱਕੀ ਸਬਜ਼ੀ। ਹਾਂ, ਜਿਹੜਾ ਮਹੀਨਾ ਲੰਗਰ, ਲੰਗਰ ਲੰਗਰ ਜਗ੍ਹਾ ਜਗ੍ਹਾ ਚਲਾਊਂਗਾ ਮੈਂ। ਇਹਦਾ ਵੀਜ਼ਾ ਕਿਵੇਂ ਲੱਗੂਗਾ? ਵੀਜ਼ਾ ਆਧਾਰ ਕਾਰਡ ਲਿਆਈ, ਆਪਣਾ ਵੋਟ ਕਾਰਡ ਲਿਆਈ, ਵੀਜ਼ਾ ਲੱਗ ਗਿਆ। ਪਰਮਿੰਦਰ ਹੱਸ ਰਿਹਾ ਕਹਿੰਦਾ ਹਾ 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 ਹਾ, ਕਿਆ ਕਰਦਾ ਕਹਿੰਦੇ ਪਤਾ ਨਹੀਂ, ਹਵਾ ਹਵਾ ਹੋਣੀ ਆ। ਹਾਂ, ਤੁਹਾਡੇ ਇਹਦੇ ਵਿੱਚ ਕੀ ਹੈ? ਕੋਈ ਕੀ ਕਿਹੜਾ ਕਿਹਾ ਬੰਦ ਕਰਿਆ ਇਹਦੇ 'ਚ? ਹੈਲੋ ਹੈਲੋ, ਮੈਂ ਕਹਾਂ ਮੇਰਾ ਨਾਲੇ ਕਹਿੰਦੇ ਸੱਪ ਸੁੱਪ ਵੀ ਫੜ ਲੈਂਦੇ ਤੁਸੀਂ? ਹਾਂ, ਸੱਪ ਫੜ ਲੈਂਦਾ। ਭੂਤ ਪ੍ਰੇਤ? ਭੂਤ ਪ੍ਰੇਤ ਵੀ ਫੜ ਲੈਂਦਾ। ਕਿਵੇਂ ਭੂਤ ਪ੍ਰੇਤ? ਜੇ ਮਰੇ ਵੀ ਪ੍ਰਗਟ ਵੀ ਕਰ ਲੈਂਦਾ। ਕਿਸ ਤਰ੍ਹਾਂ? ਰਾਤ 12 ਵਜੇ ਜਾ ਕੇ ਭੂਤ ਭੂਤ ਫੜਨ ਦਾ ਤਰੀਕਾ ਤੁਹਾਨੂੰ ਯਕੀਨ ਨਹੀਂ ਆਉਂਦਾ ਵੀ ਚੱਲ ਨਦੀ ਪਾਰ ਸਮਾਧੀ ਦੇ ਦੀ ਪ੍ਰਗਟ ਕੀ ਨਹੀਂ ਕਰਿਆ? ਭੂਤ ਫੜਨ ਦਾ ਤਰੀਕਾ ਤਰੀਕਾ ਅੱਛਾ। ਚਲੋ ਠੀਕ ਹੈ ਜੀ, ਹੁਣ ਤੁਹਾਨੂੰ ਇੱਕ ਆਪਣੀ ਟਰੋਫੀ ਵੀ ਦੇਣੀ ਹੈ ਜੀ। ਲਓ ਜੀ, ਫਸਟ ਪ੍ਰਾਈਜ਼। ਇਹ ਤੁਸੀਂ ਵਿਨਰ ਆ ਜੀ ਅੱਜ ਦੇ ਪੰਜਾਬ ਦੇ ਯੂਥ ਨੂੰ ਤੁਸੀਂ ਇੰਨੇ ਵਧੀਆ ਮੈਸੇਜ ਦਿੱਤਾ, ਤੁਹਾਨੂੰ ਬਗੈਰ ਸਟੈਪ ਤੇ ਤੁਹਾਨੂੰ ਜੁੱਤੀ ਦੇ ਰਹੇ, ਤੁਹਾਨੂੰ ਚੱਪਲ ਦਿੱਤੀ ਆ, ਇਹ ਤੁਸੀਂ ਲੈ ਕੇ ਜਾਣੀ ਹੈ ਮਿਸ ਪੂਜਾ ਦੀ ਚੱਪਲ। ਜਦੋਂ ਉਹ ਅਖਾੜਾ ਲੱਗਿਆ ਸੀ ਉਹ ਭੁੱਲ ਗਈ ਸੀਗੀ, ਇੱਕ ਤੁਹਾਨੂੰ ਨਾਲ ਲੈ ਗਈ ਸੀ, ਇੱਕ ਤੁਹਾਡੇ ਵਾਸਤੇ ਨਿਸ਼ਾਨੀ ਦੇ ਗਈ ਸੀਗੀ। ਹਾਂਜੀ, ਉਹ ਨਿਸ਼ਾਨੀ ਤੁਹਾਨੂੰ ਦਿੱਤੀ ਹੈ ਜੀ ਅਸੀਂ। ਉਹ ਕਾਟਾ ਦੇਣੀ ਘੁੰਮਣੇ ਕਮਾਉਣ ਨੂੰ, ਉਹ ਲੁੱਟ ਤਰੇਣਾ ਏ ਪਟਾਕੇ ਪਾਉਣ ਨੂੰ, ਕਾਟਾ ਲੈਣੀ ਘੁੰਮਣੇ ਕਮਾਉਣ ਨੂੰ, ਆ ਵੀ ਕਮਾਉਣੀ ਨਾਲ ਏ, ਉਹ ਲੁੱਟ ਤਰੇਣਾ ਏ ਪਟਾਕੇ ਪਾਉਣ ਨੂੰ, ਦੇ ਪੈਂਦੇ ਪਟਾਕੇ ਪਾਉਣ ਨੂੰ। ਆ ਕੇ ਮੱਖੀਆਂ ਮਾਰਦੇ ਹੋ ਜੀ? ਨਾ
ਦੇਖਣ ਟੋਲਣ ਵਾਸਤੇ ਵੀ ਐਡਾ ਬੜਾ ਕਲਾਕਾਰ ਜਿਹੜਾ ਜਿਹੜਾ ਦਾਦਾ ਵੀਡੀਓ ਪਾਉਂਦਾ ਦਿਹਾੜੀ ਤੇ ਅੱਛਾ ਅੱਛਾ ਜੇਬ ਚੋਂ ਤੁਹਾਡੇ ਨੋਟ ਜਿਹੜੇ 2-2 ਹਜ਼ਾਰ ਦੇ ਗਿਰਨੇ ਵਾਲੇ ਹੋਏ ਪਏ ਆ ਜੀ ਇਹਨਾਂ ਨੂੰ ਮਾੜਾ ਜਿਹਾ ਸੈਟਿੰਗ ਕਰੋ ਇਹਨਾਂ ਨੂੰ ਹਾਂ ਇਹਨਾਂ ਦਾ ਸੈਟਿੰਗ ਕਰ ਲੈ ਕਿਹੜਾ ਕਿੰਨੇ ਬਾਕੀ ਜੋ ਪਾਦੇ 2-2 ਹਜ਼ਾਰ ਦੇ ਸਾਰੇ ਨੇ ਜੀ 2-2 ਹਜ਼ਾਰ ਦੇ ਯਾਰ ਇੰਨੀ ਧਨ ਦੌਲਤ ਤੁਸੀਂ ਲੈ ਕੇ ਰੱਖ ਜਿਹੜਾ ਪੀ ਲੈਣਾ ਪਊਗਾ ਇਹਦਾ ਹੱਥ ਮਾਰ ਦੋ ਨੋਟ ਇਹ ਫਿਰ ਉਹਨੇ ਬਲੈਕ ਮਨੀ ਹੈ ਕਿ ਵਾਈਟ ਮਨੀ ਹੈ ਜੀ ਵਾਈਟ ਮਨੀ ਲੈ ਵੀ 250 ਹੋ ਗਏ 20 ਕਰ ਦੇ ਘੰਟਾ ਡੀਜੇ ਚ ਲਾ ਦੇ ਅੱਜ 20 ਦੇ ਲੈਣੇ ਆ ਬੱਬੂ ਮਾਨ ਨੇ ਗਾਣਾ ਕਿਹੜਾ ਚੱਕਿਆ ਯਾਰ ਕੋਈ ਚੱਕਿਆ ਤਾਂ ਵੀ ਦਿਮਾਗ ਪਾਗਲ ਕਰਿਆ ਪ੍ਰਧਾਨ ਮੰਤਰੀ ਨੇ ਬਾਅਦ ਚ ਦੇਖੋ ਪਹਿਲਾਂ ਮੈਨੂੰ ਵਧੀਆ ਦੋ 50 ਮਿੰਟ ਲਓ ਆ ਰਿੰਕੂ ਨੇ ਦਿਲ ਭੇਜਿਆ ਤੇਰੇ ਵਾਸਤੇ ਰਿੰਕੂ ਨੂੰ ਕਹਿੰਦੇ ਕੁਛ ਪਹਿਲਾਂ ਯਾਰ ਮੈਂ ਨੀ ਕਹਿੰਦਾ ਜਦ ਤੱਕ ਮੈਨੂੰ ਕੋਈ ਨਹੀਂ ਲਾੜ ਰਿੰਕੂ ਥੈਂਕ ਯੂ ਕਹਿੰਦੇ ਪਰਸ ਕੱਢੋ ਵਿੱਚ ਦੇ ਹੁਣ ਕਹਿੰਦੇ ਖੜਦਾ ਜਾ ਦਵਾ ਕੇ ਲਿਆ